ਡਾਕਟਰ ਦੀ ਗ੍ਰਿਫਤਾਰੀ ਇੱਕ ਹੋਈ ਹੈ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਸਾਡੇ ਐਸਐਸਪੀ ਸਾਹਿਬ ਮਾਨਯੋਗ ਵਿਕਰਮਜੀਤ ਦੁੱਗਲ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਅਤੇ ਹੋਰ ਜਿਹੜੇ ਅਪਰਾਧਿਕ ਗਤੀਵਿਧੀਆਂ ਕਰਦੇ ਨੇ ਲੋਕ, ਉਹਨਾਂ ਦੇ ਖਿਲਾਫ ਇੱਕ ਸਪੈਸ਼ਲ ਕੈਂਪੇਨ ਚਲਾਈ ਹੋਈ ਹੈ। ਉਹਦੇ ਤਹਿਤ ਅਸੀਂ ਵੱਖ ਵੱਖ ਓਪਰੇਸ਼ਨ ਕਰਦੇ ਰਹਿੰਦੇ ਹਾਂ, ਨਾਕਾਬੰਦੀਆਂ ਕਰਦੇ ਹਾਂ। ਇਹਦੇ ਚੱਲਦੇ ਹੀ ਪਰਸੋਂ ਸਾਨੂੰ ਇੱਕ ਅੱਛੀ ਕਾਮਯਾਬੀ ਮਿਲੀ ਹੈ। ਇਹਦੇ ਤਹਿਤ ਇੱਕ ਡਾਕਟਰ ਚੋਲਾ ਸ਼ਾਹ ਡਾਕਟਰ ਸੀਗਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਸੀ, ਉਹਨੂੰ ਅਸੀਂ ਗ੍ਰਿਫਤਾਰ ਕੀਤਾ। ਜਸਵਿੰਦਰ ਸਿੰਘ ਨਾਮ ਹੈ, ਮੈਸ ਪਿੰਡ ਦਾ ਰਹਿਣ ਵਾਲਾ ਜੀ। ਅਤੇ ਇਹਦੇ ਕੋਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਕਮਰਸ਼ਲ ਕੁਆਂਟਿਟੀ ਦੀ ਬਰਾਮਦਗੀ ਹੋਈ ਹੈ। ਇਹਦੇ ਵਿੱਚ 7000 ਗੋਲੀ ਅਸੀਂ ਇਹਦੇ ਕੋਲ ਮੌਕੇ 'ਤੇ ਬਰਾਮਦ ਕੀਤੀ ਹੈ। ਠੀਕ ਹੈ ਸਰ, ਤਹਿਤ ਇਹਦੇ ਗ੍ਰਿਮ ਪਰਚੇ ਦਰਜ ਹੋਇਆ। ਇਹਦੇ ਖਿਲਾਫ਼ ਅਸੀਂ NDPS ਐਕਟ ਦੀ ਧਾਰਾ 22 ਤਹਿਤ ਮੁਕੱਦਮਾ ਦਰਜ ਕੀਤਾ, FIR ਨੰਬਰ 42 ਥਾਣਾ ਸਦਰ ਨਾਭਾ ਵਿਖੇ। ਅਤੇ ਇਹ ਪਹਿਲਾਂ ਤੋਂ ਹੀ ਇੱਕ ਛਾਤਰ ਅਪਰਾਧਕ ਹੈਗਾ। ਇਹਦੇ ਖਿਲਾਫ਼ ਪਹਿਲਾਂ ਵੀ ਨਸ਼ੇ ਦੇ ਮੁਕੱਦਮੇ ਦਰਜ ਨੇ, ਨਸ਼ੇ ਦੇ ਮੁਕੱਦਮੇ ਦੇ ਨਾਲ ਨਾਲ ਇਹਦੇ ਖਿਲਾਫ਼ ਚੋਰੀ ਦਾ ਮੁਕੱਦਮਾ ਵੀ ਦਰਜ ਹੈ ਅਤੇ ਹੋਰ ਵੀ ਅਪਰਾਧਿਕ ਮਾਮਲੇ ਦਰਜ ਨੇ। ਦੀ ਗ੍ਰਿਫਤਾਰੀ ਇੱਕ ਹੋਈ ਹੈ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਸਾਡੇ ਐਸਐਸਪੀ ਸਾਹਿਬ ਮਾਨਯੋਗ ਵਿਕਰਮਜੀਤ ਦੁੱਗਲ ਜੀ ਵੱਲੋਂ ਨਸ਼ਿਆਂ ਦੇ ਖਿਲਾਫ਼ ਅਤੇ ਹੋਰ ਜਿਹੜੇ ਅਪਰਾਧਿਕ ਗਤੀਵਿਧੀਆਂ ਕਰਦੇ ਨੇ ਲੋਕ, ਉਹਨਾਂ ਦੇ ਖਿਲਾਫ਼ ਇੱਕ ਸਪੈਸ਼ਲ ਕੈਂਪੇਨ ਚਲਾਈ ਹੋਈ ਹੈ। ਉਹਦੇ ਤਹਿਤ ਅਸੀਂ ਵੱਖ ਵੱਖ ਓਪਰੇਸ਼ਨ ਕਰਦੇ ਰਹਿੰਦੇ ਹਾਂ, ਨਾਕਾਬੰਦੀਆਂ ਕਰਦੇ ਹਾਂ। ਇਹਦੇ ਚੱਲਦੇ ਹੀ ਪਰਸੋਂ ਸਾਨੂੰ ਇੱਕ ਅੱਛੀ ਕਾਮਯਾਬੀ ਮਿਲੀ ਹੈ। ਇਹਦੇ ਤਹਿਤ ਇੱਕ ਡਾਕਟਰ ਚੋਲਾ ਸ਼ਾਹ ਡਾਕਟਰ ਸੀਗਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਸੀ, ਉਹਨੂੰ ਅਸੀਂ ਗ੍ਰਿਫਤਾਰ ਕੀਤਾ। ਜਸਵਿੰਦਰ ਸਿੰਘ ਨਾਮ ਹੈ, ਮੈਸ ਪਿੰਡ ਦਾ ਰਹਿਣ ਵਾਲਾ ਜੀ। ਅਤੇ ਇਹਦੇ ਕੋਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਕਮਰਸ਼ਲ ਕੁਆਂਟਿਟੀ ਦੀ ਬਰਾਮਦਗੀ ਹੋਈ ਹੈ। ਇਹਦੇ ਵਿੱਚ 7000 ਗੋਲੀ ਅਸੀਂ ਇਹਦੇ ਕੋਲ ਮੌਕੇ 'ਤੇ ਬਰਾਮਦ ਕੀਤੀ ਹੈ। ਠੀਕ ਹੈ ਸਰ, ਤਹਿਤ ਇਹਦੇ ਗ੍ਰਿਮ ਪਰਚੇ ਦਰਜ ਹੋਇਆ। ਇਹਦੇ ਖਿਲਾਫ਼ ਅਸੀਂ NDPS ਐਕਟ ਦੀ ਧਾਰਾ 22 ਤਹਿਤ ਮੁਕੱਦਮਾ ਦਰਜ ਕੀਤਾ, FIR ਨੰਬਰ 42 ਥਾਣਾ ਸਦਰ ਨਾਭਾ ਵਿਖੇ। ਅਤੇ ਇਹ ਪਹਿਲਾਂ ਤੋਂ ਹੀ ਇੱਕ ਛਾਤਰ ਅਪਰਾਧਕ ਹੈਗਾ। ਇਹਦੇ ਖਿਲਾਫ਼ ਪਹਿਲਾਂ ਵੀ ਨਸ਼ੇ ਦੇ ਮੁਕੱਦਮੇ ਦਰਜ ਨੇ, ਨਸ਼ੇ ਦੇ ਮੁਕੱਦਮੇ ਦੇ ਨਾਲ ਨਾਲ ਇਹਦੇ ਖਿਲਾਫ਼ ਚੋਰੀ ਦਾ ਮੁਕੱਦਮਾ ਵੀ ਦਰਜ ਹੈ ਅਤੇ ਹੋਰ ਵੀ ਅਪਰਾਧਿਕ ਮਾਮਲੇ ਦਰਜ ਨੇ।